26 ਸਾਲਾ ਨੌਜਵਾਨ ਨੂੰ ਕਬੂਤਰ ਕਾਰਨ ਅਲਫ ਨੰਗਾ ਕਰਕੇ ਕੀਤੀ ਕੁੱਟਮਾਰ ਪੁਰਾਣੀ ਰੰਜਿਸ਼ ਦੇ ਕਾਰਨ ਹੋਈ ਕੁੱਟਮਾਰ ਤੋਂ ਬਾਅਦ ਪੀੜਤ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਹੋਇਆ ਦਾਖਲ ਵੇਂਡ ਸਰਹਰਪੁਰ ਦੇ 26 ਸਾਲਾ ਨੌਜਵਾਨ ਨੂੰ ਕਬੂਤਰ ਦੇ ਕਾਰਨ ਅਲਫ ਨੰਗਾ ਕਰਕੇ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਨੂੰ ਦੰਬੀਰ ਹਾਲਤ ਦੇ ਵਿੱਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮਾਮਲਾ ਥਾਣੇ ਪੁੱਜਣ ਦੇ ਕਾਰਨ ਪੁਲਿਸ ਵੱਲੋਂ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੀੜਤ ਨੌਜਵਾਨ ਸਨੀ ਸਿੰਘ ਪੁੱਤਰ ਵਿਸਾਖਾ ਸਿੰਘ ਪਿੰਡ ਸਰਬਰਪੁਰ ਥਾਣਾ ਅੰਮ੍ਰਿਤਗੜ ਜ਼ਿਲ੍ਹਾ ਸਗਰੂਰ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਮੈਂ ਸ਼ੌਕਿਆ ਤੌਰ ਤੇ ਕਬੂਤਰ ਰੱਖੇ ਹੋਏ ਹਨ ਅਤੇ ਮਿੱਤੀ 16 ਮਾਰਚ ਨੂੰ ਮੇਰਾ ਕਬੂਤਰ ਸਾਂਝੀ ਥਾਂ ਦੇ ਉੱਪਰ ਲੱਗੇ ਪੀਪਲ ਦੇ ਦਰਖਤ ਦੇ ਉੱਪਰ ਬੈਠ ਗਿਆ ਸੀ। ਜਿਸ ਨੂੰ ਨਿਚੇ ਉਤਾਰਨ ਦੇ ਲਈ ਮੈਂ ਜਦੋਂ ਦਰਖਤ ਦੇ ਉੱਪਰ ਚੜ੍ਹਿਆ ਤਾਂ ਸਾਡੇ ਪਿੰਡ ਦੇ ਕੁਝ ਲੋਕਾਂ ਨੇ ਮੈਨੂੰ ਜ਼ਬਰੀ ਤੌਰ ਤੇ ਫੜ ਕੇ ਕੁੱਟਿਆ ਅਤੇ ਉਹਨਾਂ ਨੇ ਮੈਨੂੰ ਖਿੱਚ ਕੇ ਜ਼ਬਰਦਸਤੀ ਆਪਣੇ ਘਰ ਦੇ ਅੰਦਰ ਲਿਜਾ ਕੇ ਅਲਫ ਨੰਗਾ ਕਰਕੇ ਮੇਰੇ ਉੱਪਰ ਪਾਣੀ ਪਾ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਿਨ੍ਹਾਂ ਦੇ ਕੋਲੋਂ ਮੈਂ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾ ਕੇ ਭੱਜਿਆ ਪੀੜਤ ਨੌਜਵਾਨ ਦੀ ਮਾਤਾ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਨੇ ਆਪਣੀ ਜ਼ਖਮੀ ਹੋਏ ਪੁੱਤਰ ਨੂੰ ਅੰਮਰਗੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਹੈ ਇਸ ਮੌਕੇ ਅੰਬੇਡਕਰ 바ਦੀ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਨੂੰ ਜ ਪਰਿਵਾਰ ਨੂੰ ਜਲਦੀ ਇਨਸਾਫ ਨਹੀਂ ਮਿਲਿਆ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ ਅਮਰਗੜ ਹਸਪਤਾਲ ਦੇ ਐਸਐਮਓ ਡਾਕਟਰ ਸੰਜੇ ਗੋਲ ਨੇ ਕਿਹਾ ਕਿ ਪਰਿਵਾਰ ਵੱਲੋਂ ਮਰੀਜ਼ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਏ ਜਿਸ ਦਾ ਇਲਾਜ ਚੱਲ ਰਿਹਾ ਏ ਅਤੇ ਕਾਨੂੰਨੀ ਕਾਰਵਾਈ ਦੇ ਲਈ ਪੁਲਿਸ ਨੂੰ ਸੂਚਨਾ ਵੀ ਦੇ ਦਿੱਤੀ ਗਈ ਹੈ ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਥਾਣਾ ਅਮਰਗੜ ਦੇ ਵਿੱਚ ਤਾਇਨਾਤ ਐਸਆਈ ਜਗਪਾਲ ਸਿੰਘ ਦਾ ਕਹਿਣਾ ਏ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਨਤੀਜੇ ਸਾਹਮਣੇ ਆਉਣਗੇ ਉਸ ਦੇ ਅਨੁਸਾਰ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸਨੀ ਸਿੰਘ ਜੀ ਸਰਬਪੁਰ ਜੀ ਮੈਂ ਬੋਰਾ ਦਾ ਕੰਮ ਕਰਦਾ ਸੀ ਇਹ ਕਬੂਤਰ ਦਾ ਰੋਲਾ ਜੀ ਮੈਂ ਪੀਪਲ ਦੇ ਚੜਾਈ ਕਬੂਤਰ ਫਨ ਜੀ ਮੇਰਾ ਆਪਦਾ ਹੀ ਸੀ ਜੀ ਤੇ ਉਹ ਬਹਿ ਗਿਆ ਸੀ ਉੱਥੇ ਮੈਂ ਪੀਪਲ ਤੋਂ ਫਨ ਗਿਆ ਤੇ ਜੀ ਉਹਨੂੰ ਤੇ ਜਰਨੈਲ ਜਰਨੈਲ ਦੇ ਮੁੰਡੇ ਜੱਸੀ ਦੇ ਉਹਨਾਂ ਨੇ ਢਿੱਡੀ ਇੱਕ ਨਾਲ ਛੋਟੇ ਨਾਲ ਹੀ ਇਹਨਾਂ ਨੇ ਮੈਨੂੰ ਦੋਨਾਂ ਜਣਾਂ ਢਿੱਡੀ ਤੇ ਜੱਸੀ ਨੇ ਆ ਕੇ ਮੈਨੂੰ ਖਿੱਚ ਕੇ ਥੱਲੇ ਲਾ ਹੈ ਜੀ ਨਾਲ ਹੀ ਉਹਦਾ ਡੈਡੀ ਆ ਗਿਆ ਜਰਨੈਲ ਸਿੰਘ ਉਹਨਾਂ ਨੇ ਮੈਨੂੰ ਕੁੱਟਿਆ ਪਹਿਲਾਂ ਫਿਰ ਨਾਲ ਹੀ ਚਨਜੀਤ ਕੌਰ ਤੇ ਉਹਦਾ ਜਮਾਈ ਤੇ ਉਹਦਾ ਮੁੰਡਾ ਵੀਰ ਇਹਨਾਂ ਨੇ ਗੇਟ ਖੋਲ੍ਹਿਆ ਤੇ ਇਹਨਾਂ ਨੇ ਵੀ ਨਾਲ ਹੀ ਕੁੱਟਣ ਲੱਗ ਗਏ ਮੈਨੂੰ ਤੇ ਇਹਨਾਂ ਨੇ ਕੁੱਟ ਕੇ ਪਹਿਲਾਂ ਬੀਜ ਕੁੱਟ ਮਾਰ ਕੀਤੀ ਫਿਰ ਮੈਨੂੰ ਅੰਦਰ ਲੈ ਗਈ ਫਿਰ ਉੱਥੇ ਮੱਗਰ ਮੱਗਰ ਆਇਆ ਤੇ ਚਮਕੌਰ ਆਇਆ ਜੀ ਇਹਨਾਂ ਨੇ ਕਹਾਂ ਵੀ ਨੂੰ ਨੰਗਾ ਕਰਕੇ ਕੁੱਟੋ ਤੇ ਉਹਨਾਂ ਨੇ ਨੰਗਾ ਕਰਕੇ ਕੁੱਟਿਆ ਮੈਨੂੰ ਪਾਣੀ ਪਾ ਪਾ ਕੇ ਜੀ ਫਿਰ ਮੈਂ ਕੋਠੇ ਤੇ ਚੜ ਗਿਆ ਕੋਠੇ ਤੇ ਮੈਂ ਚੜ ਕੇ ਜੀ ਮੇਰੇ ਤਾਇਆ ਦਾ ਸਰਪੰਚਾਂ ਦੇ ਘਰ ਦੇ ਨਾਲ ਹੀ ਮੇਰੇ ਤਾਇਆ ਦਾ ਘਰ ਮੈਂ ਉਹਨਾਂ ਦੇ ਕੋਠੇ ਤੇ ਟੱਪ ਕੇ ਮੈਂ ਆਪਣੇ ਤਾਇਆ ਦੇ ਕੋਠੇ ਤੇ ਵਾਗ ਗਿਆ ਉੱਥੇ ਵੀ ਉਹ ਮੈਨੂੰ ਕੁੱਟਣ ਆਏ ਨੇ ਜਨੈਲ ਦੇ ਮੁੱਡੇ ਦੋਨੇ ਹੀ ਢਿੱਡੀ ਦੇ ਰੰਜਸੀ ਤੇ ਉਹ ਇਹ ਉੱਥੇ ਵੀ ਮੈਨੇ ਮਾਗ ਰਾਇਨ ਤੇ ਉੱਥੇ ਉਹਨਾਂ ਨੇ ਮੈਨੂੰ ਹੱਥ ਨਹੀਂ ਲਾਉਣ ਦਿੱਤਾ ਜੀ ਤੇ ਉੱਥੋਂ ਇਹ ਬੱਥੇ ਬੇ ਫਿਰ ਗਣਾ ਕੱਟੀ ਗੈ ਨਹੀਂ ਇਹਨਾਂ ਨੂੰ ਉਹਨਾਂ ਨੇ ਮੈਨੂੰ ਥੱਲੇ ਲਾ ਕੇ ਕੱਪੜੇ ਪਾ ਕੇ ਮੈਨੂੰ ਘਰੇ ਛੱਡ ਕੇ ਆਪਦੇ ਤੁਸੀਂ ਹੁਣ ਦਾਖਲ ਕਦੋਂ ਹੋਇਓ ਦਾਖਲ ਕੱਲ ਹੋਇਆ ਜੀ ਕੱਲ ਮੇਰੀ ਮਾਤਾ ਲੈ ਕੇ ਆ ਮੈਨੂੰ ਉਹਨੇ ਦਾਖਲ ਕਰਾਇਆ ਹੀ ਹੋਰੇ ਕੀ ਮੰਗ ਕਰਦੇ ਮੰਗ ਸਾਨੂੰ ਹੀ ਆਹੀ ਹੋ ਬਈ ਸਾਡਾ ਇਨਸਾਬ ਮਿਲੇ ਸਾਨੂੰ ਹੀ ਮਾਮਲਾ ਜੀ ਮੈਂ ਤਾਂ ਕੱਲ ਆਈ ਸੀ ਆ ਕੇ ਮੈਂ ਮੇਰੇ ਮੁੰਡੇ ਨੂੰ ਪਏ ਨੂੰ ਚੱਕਿਆ ਚੱਕ ਕੇ ਮੈਂ ਦਾਖਲ ਕਰ ਲੈ ਇੱਥੇ ਲਿਆ ਕੇ ਹਸਪਤਾਲ ਚ ਜੀ ਇਹ ਕਲਬੁੱਤਰ ਫੜਨ ਗਿਆ ਤੇ ਉਹਨਾਂ ਦੇ ਘਰੋਂ ਬਿਹੜਿਆਂ ਦੇ ਉੱਥੇ ਜੀ ਉਹਨਾਂ ਨੇ ਕਹੀ ਜਾਣਿਆ ਨੇ ਮੇਰੇ ਮੁੰਡੇ ਦੀ ਮਾਰਕੁੱਟ ਬਹੁਤ ਕੀਤੀ ਤੇ ਜੀ ਉਹ ਜੀ ਇੱਕ ਤਾਂ ਤਿੰਨ ਤਾਂ ਮਾਪ ਪਿਓ ਪੁੱਤ ਤੇ ਜੀ ਇੱਕ ਗਾਹਾ ਮੁੰਡਾ ਸੀ ਉਹਦਾ ਜਿਹਨਾਂ ਦੇ ਘਰੇ ਸੱਟਿਆ ਗਮਾਂਡੀਆਂ ਦੇ ਇੱਕ ਜੀ ਉਹਦਾ ਗਾਹਾ ਜਮਾਈ ਸੀ ਇੱਕ ਉਹ ਆਪਤੀ ਸਰਕਾਰ ਤੋਂ ਜੀ ਬਸ ਤੁਸੀਂ ਹੁਣ ਆਪੇ ਦੇਖੋ ਵੀ ਕੀ ਮੰਗਾਓ ਸਾਡੀ ਮੰਗ ਆਹੀ ਹੈ ਵੀ ਸਾਡਾ ਮਾੜਾ ਮੋਟਾ ਹੋਣਾ ਚਾਹੀਦਾ ਨਸਾਫਰ ਹੋਣਾ ਚਾਹੀਦਾ ਦੇਖੋ ਜੀ ਡਾਕਟਰ ਸਾਹਿਬ ਨੂੰ ਉਹਨਾਂ ਨੂੰ ਰੁਕਾ ਮਸੂਲ ਹੋਇਆ ਸੀਗਾ ਹੁਣ ਉਹਦੀ ਤਤੀਸ਼ ਚੱਲ ਰਹੀ ਆ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਮਿਊਨਿਕੇਸ਼ਨ ਕਰਵਾਈ ਕੀਤੀ ਜਾਵੇ ਸੰਗਰੂਰ ਤੋਂ ਲਵਦੀਪ ਟਿੰਡਾ ਸਾ ਗੁਰਮੀਤ ਮਨਵੀ ਅਤੇ ਹਰਕਮਲ ਹੈਪੀ ਦੀ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ